ਸਾਡਾ ਪੇਸ਼ੈਂਟ ਘਰ ਗਿਆ, ਘਰ ਜਾ ਕੇ ਦੂਸਰਾ ਚੈਂਪੇਨ ਜਾਗ ਪਿਆ, ਕਹਿੰਦਾ ਕੋਈ ਨਹੀਂ ਇਹ ਕੰਮ ਤੇ ਮੈਂ ਕਰ ਲਾਂਗਾ, ਤੂੰ ਕੋਈ ਹੋਰ ਕੰਮ ਕਰ। ਉਹਨੂੰ ਫਾਰਕ ਕਰਤਾ। ਚੈਂਪੇਨ ਨੇ ਕੀ ਕੀਤਾ, ਉਸ ਤੋਂ ਜ਼ਿਆਦਾ ਵਧੀਆ ਸ਼ੇਅਰਿੰਗ ਘਰ ਜਾ ਕੇ ਕਰਤੀ। ਮੈਂ ਉੱਥੇ ਗਿਆ ਸੀਗਾ ਜੀ, ਮੈਨੂੰ ਉਹ ਬੰਦਾ ਮਿਲਿਆ, ਉਹਨੇ ਵੀ ਪੀਤੀ ਸੀ, ਇਹ ਬੰਦਾ ਮਿਲਿਆ ਇਹਨੇ ਪੀਤੀ ਸੀ, ਮੈਂ ਸਾਰਿਆਂ ਕੋਲੋਂ ਬਚ ਬਚਾ ਕੇ ਤੇ ਦੇਖੋ ਘਰ ਆ ਗਿਆ। ਇਹ ਕਿੰਨੇ ਕੀਤੀ ਸ਼ੇਅਰਿੰਗ? ਚੈਂਪੇਨ ਨੇ। ਹੁਣ ਫੈਮਿਲੀ ਬੜੀ ਪਲੀਜ਼ਡ ਹੋ ਗਈ, ਜਿਸ ਤਰ੍ਹਾਂ ਡਾਕਟਰ ਸਾਹਿਬ ਨੇ ਕਿਹਾ ਸੀਗਾ, ਬਿਲਕੁਲ ਦੇਖੋ ਬਹੁਤ ਸੋਹਣੀ ਸ਼ੇਅਰਿੰਗ ਕਰ ਰਿਹਾ ਪੇਸ਼ੈਂਟ, ਇਹਦਾ ਮਤਲਬ ਅਸੀਂ ਸੇਫ ਹਾਂ। ਹੁਣ ਉਹਦਾ ਏਜੰਡਾ ਦੇਖੋ ਦੂਸਰੇ ਬ੍ਰੇਨ ਦਾ, ਕਿ ਹੁਣ ਹੀ ਹੋ ਗਏ ਹੈ, ਮਤਲਬ ਥੋੜੇ ਜੇ ਰਿਲੈਕਸ ਹੋ ਗਏ ਹੈ, ਨਾਓ ਦੇ ਆਰ ਨਾਟ ਦੈਟ ਵਿਜੀਲੈਂਟ, ਇਹ ਰਿਲੈਕਸ ਹੋ ਗਏ ਹੈ। ਹੁਣ ਮੇਰਾ ਕੰਮ ਹੈ ਕਿ ਅੱਜ 11 ਵਜੇ ਇੱਕਦਮ ਇੱਕ ਐਮਰਜੈਂਸੀ ਕ੍ਰੀਏਟ ਕਰੂੰਗਾ, ਜਿਹਦੇ ਵਿੱਚ ਇਹਨਾਂ ਨੂੰ ਸੋਚਣ ਦਾ ਮੌਕਾ ਨਹੀਂ ਦਿਊਂਗਾ। ਜਾਂ ਮੈਂ ਰਾਤੀ 11 ਵਜੇ ਜਦੋਂ ਇਹ ਸਾਰੇ ਸੁੱਤੇ ਹੋਣਗੇ ਮੈਂ ਘਰੋਂ ਗੇਟ ਟੱਪ ਕੇ ਚੱਲ ਜਾਂਗਾ, ਤੇ ਬਾਈ ਦਾ ਟਾਈਮ ਉੱਠਣਗੇ ਤੇ 3 ਵਜੇ ਮੈਂ ਵਾਪਸ ਆ ਜਾਂਗਾ ਗੇਟ ਤੋਂ, ਉਹ ਆਪਣਾ ਕੰਮ ਕਰਕੇ ਆਏਗਾ। ਇਹਦਾ ਮਤਲਬ ਹੈ ਕਿ ਜਿਹੜਾ ਬ੍ਰੇਨ ਹੈ ਤੁਸੀਂ ਦੇਖੋ ਕਿੰਨਾ ਕੁ ਜ਼ਬਰਦਸਤ ਹੈ, ਕਿ ਉਹ ਵੀ ਚੀਜ਼ ਲੈ ਲੈਂਦਾ ਹੈ ਜਿਹੜੀ ਕਿ ਪ੍ਰੀ ਫਰੰਟਲ ਕਾਰਟੈਕਸ ਨੂੰ ਅਸੀਂ ਸਿਖਾਈ ਹੁੰਦੀ ਹੈ। ਇਹਦਾ ਮਤਲਬ ਸਾਡਾ ਪੇਸ਼ੈਂਟ ਸਿੱਖੀਆਂ ਸਿਖਾਈਆਂ ਗੱਲਾਂ ਕਰਨ ਲੱਗ ਪੈਂਦਾ ਹੈ, ਐਂਡ ਸਾਡਾ ਪੇਸ਼ੈਂਟ ਉਹ ਸ਼ੇਅਰਿੰਗ ਕਰ ਰਿਹਾ ਹੁੰਦਾ ਜਿਹੜੀ ਉਹਨੂੰ ਸੂਟੇਬਲ ਹੁੰਦੀ ਹੈ। ਕਿਸ ਟਾਈਮ ਤੇ ਉਹਨੇ ਕਿੰਨੀ ਗੱਲ ਕਰਨੀ ਹੈ, ਕਿੰਨੀ ਗੱਲ ਲੁਕਾਉਣੀ ਹੈ, ਕਿੰਨੀ ਗੱਲ ਨਾਲ ਘਰ ਦੇ ਖੁਸ਼ ਹੋ ਜਾਣਗੇ, ਐਂਡ ਕਿੰਨੀ ਘਰ ਦੇ ਕਿੰਨੀ ਗੱਲ ਦੇ ਨਾਲ ਘਰ ਦੇ ਮੋਲਡ ਹੋ ਜਾਣਗੇ, ਐਂਡ ਕਿੰਨੀ ਕੁ ਮੈਂ ਤਕਲੀਫ ਦੱਸਾਂਗਾ, ਤੇ ਘਰ ਦੇ ਕਹਿਣਗੇ ਰਹਿਣ ਦਿਓ ਜੀ ਸਾਨੂੰ ਇਲਾਜ ਦੀ ਲੋੜ ਕੋਈ ਨਹੀਂ, ਸਾਡੇ ਪੇਸ਼ੈਂਟ ਨੂੰ ਬਹੁਤ ਤਕਲੀਫ ਹੋ ਰਹੀ ਹੈ, ਸਾਡੇ ਪੇਸ਼ੈਂਟ ਨੇ 4 ਵਾਰੀ ਕਮਿਟ ਕਰਤਾ ਕਿ ਮੈਨੂੰ ਜਿਹੜੀ ਮਰਜ਼ੀ ਸੌਂਹ ਪਵਾ ਲਓ, ਅਸੀਂ ਇੱਕ ਵਾਰੀ ਤੈਨੂੰ ਜ਼ਰੂਰ ਦੇਖਣਾ। ਇਹ ਕੀ ਹੋਇਆ, ਘਰ ਦੇ ਆਏ ਟ੍ਰੀਟਮੈਂਟ ਕਰਾਉਣ ਵਾਸਤੇ, ਕੋਈ ਆਸਟ੍ਰੇਲੀਆ ਤੋਂ, ਕੋਈ ਕੈਨੇਡਾ ਤੋਂ, ਕੋਈ ਅਮਰੀਕਾ ਤੋਂ, ਸਾਰੇ ਪੇਸ਼ੈਂਟ ਸਾਡੇ ਕਿੱਥੋਂ ਆਉਂਦੇ, ਬਾਹਰੋਂ ਆਉਂਦੇ, ਐਂਡ ਆਏ ਉੱਥੋਂ ਸਭ ਕੁਛ ਉਹ ਕੀਤਾ, ਫੈਸਲਾ ਇਹ ਕੀਤਾ, ਇੱਥੇ ਆਉਂਦੇ ਆ 4 ਦਿਨਾਂ ਬਾਅਦ ਪੇਸ਼ੈਂਟ ਨੇ ਸਿੱਖ ਲਿਆ ਵੀ ਕਿਹੜੀ ਗੱਲ ਕਵਾਂਗਾ ਤੇ ਕਿਹਨੂੰ ਕਵਾਂਗਾ, ਮਦਰ ਨੂੰ ਕਹਿਣੀ ਹੈ, ਫਾਦਰ ਨੂੰ ਕਹਿਣੀ ਹੈ, ਕਿਹੜਾ ਇਸ ਵੇਲੇ ਇਹਨਾਂ ਚੋਂ ਵੀਕ ਲਿੰਗ ਹੈ। ਐਂਡ ਪੇਸ਼ੈਂਟ ਕੋਲ ਇਹੋ ਜਿਹੇ ਤਰੀਕੇ ਹੁੰਦੇ ਹੈ ਕਿ ਉਹ ਇਹੋ ਜਿਹੀ ਗੱਲ ਕਰੇਗਾ ਕਿ ਜਿਹਦੇ ਵਿੱਚ ਜਿਹੜਾ ਘਰ ਹੈ ਇਸ ਵੇਲੇ ਇਕੱਠਾ ਹੈ ਨਾ, ਜੇ 4 ਜਣੇ ਇਕੱਠੇ ਆਏ ਹੈ ਨਾ, ਇਹ 2 ਗੁੱਟਾਂ ਚ ਵੰਡ ਜਾਣ। ਇਹ ਹੋਣਾ ਜੇ, ਇਹ ਸਭ ਕੁਛ ਹੋਣਾ, ਮੈਂ ਤੁਹਾਨੂੰ ਤਾਂ ਕਹਿ ਰਿਹਾ। ਇੱਕ ਤੇ ਸਾਡੇ ਪੇਸ਼ੈਂਟ ਨੇ ਇੰਨੀ ਹੰਬਲ ਅਪੀਲ ਕਰਨੀ ਹੈ, ਐਂਡ ਦੂਜਾ ਤੁਹਾਨੂੰ ਦੱਸਣਾ ਹੈ ਕਿ ਜੇ ਮੈਂ ਨਾ ਬਾਹਰ ਗਿਆ ਤਾਂ ਨੁਕਸਾਨ ਬਹੁਤ ਵੱਡਾ ਹੋਣਾ ਜੇ, ਫਿਰ ਨਾ ਕਿਹੋ ਤੁਸੀਂ ਕਿਹੋ ਜਿਹਾ ਨੁਕਸਾਨ ਭਰ ਦਿਓ। ਬਾਕੀ ਜੇ ਡਾਕਟਰ ਹੈ ਤੇ ਇਹ ਕਹਿੰਦਾ ਹੈ ਕਿ 100 ਦਿਨਾਂ ਚ ਮਨ ਪੱਕਾ ਕਰ ਦੇਗਾ, ਤੇ ਇਹ ਮੇਰਾ 100 ਦਿਨਾਂ ਚ ਮਨ ਨਹੀਂ ਪੱਕਾ, ਜੇ ਮੈਂ ਹੀ ਨਹੀਂ ਕਵਾਂਗਾ ਤੇ ਇਹ 100 ਮੇਰਾ ਮਨ ਕਿਸ ਤਰ੍ਹਾਂ ਪੱਕਾ ਕਰੇਗਾ। ਘਰ ਦੇ ਕਹਿੰਦੇ ਲੌਜਿਕ ਤੇ ਬੜਾ, ਜੇ ਸਾਡਾ ਪੇਸ਼ੈਂਟ ਹੀ ਨਹੀਂ ਕਹੇਗਾ ਤੇ ਡਾਕਟਰ ਕੀ ਕਰ ਲਏਗਾ, ਘੋਲ ਕੇ ਥੋੜੀ ਪਾ ਦੇਗਾ ਇਹਦੇ ਚ। ਹੁਣ ਦੇਖੋ ਪੇਸ਼ੈਂਟ ਕਿੱਥੇ ਹੋ ਗਿਆ, ਖਿਸਕਣਾ ਸ਼ੁਰੂ ਹੋ ਗਿਆ। ਪੇਸ਼ੈਂਟ ਖਿਸਕਣਾ ਨਹੀਂ ਸ਼ੁਰੂ ਹੋਇਆ, ਫੈਮਿਲੀ ਖਿਸਕਣੀ ਸ਼ੁਰੂ ਹੋ ਗਈ। ਐਂਡ ਫੈਮਿਲੀ ਕਿਹਦੇ ਗੱਲਾਂ ਚ ਆ ਗਈ, ਐਂਡ ਪੇਸ਼ੈਂਟ ਦੇ ਕਿਹੜੇ ਦਿਮਾਗ ਦੇ ਗੱਲਾਂ ਚ ਆ ਗਈ, ਚੈਂਪੇਨ ਦੇ। ਹੁਣ ਇਸ ਵੇਲੇ ਪੇਸ਼ੈਂਟ ਨਹੀਂ ਬੋਲ ਰਿਹਾ, ਪੇਸ਼ੈਂਟ ਦੇ ਅੰਦਰ ਕਿਹੜੀ ਚੀਜ਼ ਬੋਲ ਰਹੀ ਹੈ, ਤੇ ਬਿਮਾਰੀ। ਹੁਣ ਜਿਹੜੀ ਫੈਮਿਲੀ ਹੈ ਨਾ, ਹਾਲੇ ਇੰਨੀ ਟ੍ਰੇਨਡ ਨਹੀਂ ਹੈ ਕਿ ਡਿਫਰੈਂਸ਼ੀਏਟ ਕਰ ਸਕੇ ਕਿ ਇਹ ਮੇਰਾ ਬੇਟਾ ਹੈ ਤੇ ਇਹ ਉਹਦੀ ਬਿਮਾਰੀ ਹੈ।